नमस्कार, आप देख रहे हैं प्राइम न्यूज 24। मैं हूं आपके साथ श्वेता सिंह। कृषि कानूनों और केंद्र सरकार के खिलाफ नौजवान वर्ग की तरफ से हजारों की तादाद में इकट्ठा होकर बटाला में किसान मजदूर व्यापारी संघर्ष कमेटी और बटाला यूथ वेलफेयर क्लब के बैनर तले रोष रैली निकाली गई। इस रैली में सैकड़ों की तादाद में नौजवान, वकील, सरपंच और व्यापारी वर्ग के लोगों ने शमूलियत और गाड़ियों में सवार होकर पूरे शहर से रोष रैली निकाली और इस मौके पर नौजवान वकीलों और नौजवान सरपंचों समेत नौजुआ अंगों का कहना था कि कृषि कानून जबरदस्ती देश के किसानों पर थोपे जा रहे हैं, जो किसानों समेत दूसरे सभी वर्ग को मंजूर नहीं है। वहीं उनका कहना था कि लोकतंत्र के राज में केंद्र की तरफ से तानाशाही राज चलाया जा रहा है। वहीं उनका कहना है कि जैसे प्यार और जंग में सब कुछ जायज है, वैसे ही दबाव बनाने के लिए अदानी अंबानी जैसे कॉरपोरेट घरानों के कारोबारों को लेकर विरोध करना भी जायज है। वहीं उनका कहना था कि आज का नौजवान जाग चुका है और नौजवान वर्ग किसानों के साथ डट कर खड़ा है और जब तक कृषि कानून वापस नहीं लिए जाते तब तक डट कर खड़ा रहेगा और जब नौजवान वर्ग जाग जाए तो वह किसी भी पलड़े को उखाड़ सकता है। वह उनका कहना है कि ये आंदोलन किसान आंदोलन न रहकर अब जन आंदोलन बन चुका है। प्राइम न्यूज 24 के लिए जतिंदर कुंडल गुरदासपुर से रिपोर्ट। ਪਰ ਅੱਜ ਅਸੀਂ ਮੋਦੀ ਦੇ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦੇ ਵੀ ਉਹਨੇ ਸਾਡੀ ਸੁੱਤੀ ਕੌਮ ਦੀ ਜਿਹੜੀ ਜ਼ਮੀਰ ਸੀ ਉਹਨੂੰ ਜਗਾਤਾ ਹੈ। ਸਾਡਾ ਪੁਰਾਣਾ ਇਤਿਹਾਸ ਜਿਹੜਾ ਸਾਡੇ ਬੱਚਿਆਂ ਨੂੰ ਯਾਦ ਆ ਗਿਆ ਵੀ ਸਾਡੇ ਮੁੰਡੇ ਘੇਰੇ ਨੇ ਕੀ ਕੀਤਾ ਸੀ। ਉਹਨੇ ਬੜੇ ਗਲਤ ਥਾਂ ਹੁਣ ਪੰਗਾ ਲੈ ਲਿਆ ਕਿਉਂਕਿ ਉਹ ਪਹਿਲਾਂ ਉਹਨੇ 377 ਧਾਰਾ ਖਤਮ ਕਰਕੇ ਨੋਟਬੰਦੀ ਖਤਮ ਕਰਕੇ ਉਹ ਸਟੇਟਾਂ ਦੇ ਲੋਕ ਉਹ ਲੋਕ ਬੋਲੇ ਨਹੀਂ। ਪਰ ਅੱਜ ਜਦੋਂ ਸਾਡੀ ਉਹਨੇ ਇਹ ਕਾਲੇ ਕਾਨੂੰਨ ਪਾਸ ਕਰਕੇ ਸਾਡੀ ਅਰਥ ਵਿਵਸਥਾ ਨੂੰ ਸਾਡੇ ਪੰਜਾਬ ਨੂੰ ਖਤਮ ਕਰਨ ਦਾ ਕੋਸ਼ਿਸ਼ ਕੀਤੀ ਆ, ਉਹਦੇ ਲਈ ਪੰਜਾਬ ਖੜਾ ਹੋ ਗਿਆ। ਅੱਜ ਪੰਜਾਬ ਦਾ ਹਰ ਬੱਚਾ, ਹਰ ਨੌਜਵਾਨ, ਹਰ ਬਜ਼ੁਰਗ ਜਿਹੜਾ ਆ ਉਹ ਇਸ ਚੀਜ਼ ਦੀ ਸਾਹੀ ਭਰਦਾ ਆ ਕਿ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਹਟਾਂਗੇ। ਇਹਨਾਂ ਚੀਜ਼ਾਂ ਦੇ ਨਾਲ ਉਹਦਾ ਸਾਡਾ ਕੋਈ ਹੌਂਸਲਾ ਨਹੀਂ ਟੁੱਟਣ ਵਾਲਾ, ਕਿਉਂਕਿ ਅਸੀਂ ਇੱਕ ਪੰਜਾਬ ਦੇ ਮੀਡੀਆ ਦਾ ਬੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀ ਮੀਡੀਆ ਨੇ ਸਾਡੇ ਸਾਰੇ ਕਿਸਾਨੀ ਸੰਘਰਸ਼ ਨੂੰ ਵਰਲਡ ਦੇ ਵਿੱਚ ਇਹ ਪਹੁੰਚਾਇਆ ਹੈ। ਕਿਉਂਕਿ ਜਿਹੜਾ ਗੋਦੀ ਮੀਡੀਆ ਆ ਉਹਨੇ ਤਾਂ ਸਾਡੇ ਖਿਲਾਫ਼ ਹੀ ਖਬਰਾਂ ਲਾਉਣੀਆਂ, ਉਹ ਹਮੇਸ਼ਾ ਸਾਡੀਆਂ ਕਮੀਆਂ ਗਿਣਾ ਕੇ ਦੱਸਦੇ ਆ ਅਤੇ ਸਰਕਾਰ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਦੱਸਦੇ ਵੀ ਸਰਕਾਰ ਨੇ ਵਧੀਆ ਕਾਨੂੰਨ ਪਾਸ ਕੀਤੇ ਆ। ਪਰ ਪੰਜਾਬ ਦੇ ਮੀਡੀਆ ਦਾ ਅਸੀਂ ਇਹ ਗੱਲੋਂ ਧੰਨਵਾਦ ਕਰਦੇ ਹਾਂ ਔਰ ਇੱਕ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਕਾਲੇ ਕਾਨੂੰਨ ਜਿਹੜੇ ਆ ਉਹਨਾਂ ਨੂੰ ਰੱਦ ਕਰਾ ਕੇ ਹੀ ਬਣਾਂਗੇ। ਧੰਨਵਾਦ। ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇੱਕ ਕਿਸਾਨ ਵੀਰਾਂ ਦੀ ਸਿਹਤ ਦੀ ਕਾਮਨਾ ਕਰਦੇ ਹੋਏ ਉਹਨਾਂ ਲਈ ਇਹ ਪਿੰਨੀਆਂ ਬਣਾ ਕੇ ਭੇਜਦੇ ਹਾਂ ਜਿਹੜੀਆਂ ਉਹਨਾਂ ਦੇ ਸਰੀਰ ਨੂੰ ਗਰਮਾਇਸ਼ ਦੇਣਗੀਆਂ, ਜਿਹੜੇ ਟਰਾਲੀਆਂ ਦੇ ਥੱਲੇ ਲੇਟੇ ਹੋਏ ਨੇ। ਅਤੇ ਸਮੇਂ ਦੀਆਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ ਅਤੇ ਸਾਡੇ ਵੀਰ ਘਰ ਆਉਣ। ਰਸਤੇ ਅਸੀਂ ਆਪਣੇ ਕਿਸਾਨ ਵੀਰਾਂ ਵਾਸਤੇ ਭੇਜ ਰਹੇ ਹਾਂ ਜਿਹੜੇ ਕਿ ਮੋਦੀ ਨੇ ਕਾਲੇ ਕਾਨੂੰਨ ਬਣਾਏ ਹਨ, ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਬੈਠੇ ਹੋਏ ਹਨ ਔਰ ਉਹਨਾਂ ਵਾਸਤੇ ਅਸੀਂ ਦੇਸੀ ਘਿਓ ਦੀਆਂ ਪਿੰਨੀਆਂ ਭੇਜ ਰਹੇ ਹਾਂ। ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਤੁਸੀਂ ਜਿੰਨੀ ਵੀ ਸਾਡੀ ਆ ਨਿਊਜ਼ ਜਿਹੜੀ ਆ ਸਾਰੇ ਇਕੱਲੀ ਦਿੱਲੀ ਵਿੱਚ ਨਹੀਂ ਜਾਂ ਪੰਜਾਬ ਵਿੱਚ ਨਹੀਂ ਸਾਰੇ ਵਰਲਡ ਵਿੱਚ ਪਹੁੰਚਾ ਰਹੇ ਹੋ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਜਿਹੜਾ ਮੋਦੀ ਮੀਡੀਆ ਜਿਹੜਾ ਉਹ ਬਿਲਕੁਲ ਸਾਡੇ ਉਲਟੇ ਆ ਇਸ ਵੇਲੇ ਅਤੇ ਤੁਹਾਡੇ ਮੀਡੀਆ ਰਾਹੀਂ ਜੋ ਕੁਝ ਵੀ ਆ ਸਾਡੀ ਸਾਰੀਆਂ ਨਿਊਜ਼ਾਂ ਜਿਹੜੀਆਂ ਬਾਹਰ ਵਰਲਡ ਦੇ ਵਿੱਚ ਤੱਕ ਜਾ ਰਹੀਆਂ ਹੈ। ਇਹ ਜਿਹੜੀ ਰਸਤੇ ਆ ਇਹ 6 ਕੁਇੰਟਲ ਅਲਸੀ ਤਿਆਰ ਕੀਤੀ ਅਸੀਂ, ਇਹ ਅਲਸੀ ਜਿਹੜੀ ਘੱਟੋ ਘੱਟ ਨਹੀਂ ਤਾਂ 12 ਤੋਂ ਲੈ ਕੇ 15,000 ਬੰਦੇ ਦੇ ਵਿੱਚ ਜਿਹੜੀ ਅਲਸੀ ਜਿਹੜੀ ਆ ਇਹ 6 ਕੁਇੰਟਲ ਜਿਹੜੀ ਆ ਇਹ ਖਾ ਸਕਦੇ ਹਾਂ ਅਸੀਂ। ਅਸੀਂ ਇਹ ਜਿਹੜੀ ਆ ਰਸਤ ਜਿਹੜੀ ਆ ਇਹ ਅਸੀਂ 29 ਤਰੀਕ ਨੂੰ ਸਵੇਰੇ ਆਪਾਂ ਆਪਣੇ ਗੁਰਦੁਆਰਾ ਸਾਹਿਬ ਅਰਬਨ ਸਟੇਟ ਤੋਂ ਆਪਣੀ ਬੱਸ ਲੈ ਕੇ ਜਾ ਰਹੇ ਹਾਂ। ਜਿਹੜੀ ਸਮੁੱਚੀ ਸਾਡੀ ਸੰਗਤ ਆ ਘੱਟੋ ਘੱਟ 60 ਸੀਟਾਂ ਜਿਹੜੀਆਂ ਸਾਡੀ ਬੱਸ ਆ ਜਿਹੜੀ ਉਹ ਜਾ ਰਹੀ। ਅਲਸੀ ਹੀ ਕਿਉਂ, ਸੁੱਕੀ ਰਸਤ ਕਿਉਂ? ਸੁੱਕੀ ਰਸਤ ਇਸ ਕਰਕੇ ਆ ਵੀ ਇਹ ਪੋਹ ਦਾ ਮਹੀਨਾ ਵਾ, ਠੰਡ ਬਹੁਤ ਜ਼ਿਆਦਾ ਹੁੰਦੀ ਆ। ਇਹ ਸਾਡੇ ਸ਼ੁਰੂ ਤੋਂ ਹੀ ਸਾਡੇ ਇਤਿਹਾਸ ਆ, ਸਾਡੇ ਬਜ਼ੁਰਗਾਂ ਦੇ ਬਜ਼ੁਰਗ ਵੀ ਸਾਡੇ ਇਹ ਅਲਸੀ ਖਾਂਦੇ ਆ ਜਦੋਂ ਠੰਡ ਦਾ ਮੌਸਮ ਹੁੰਦਾ, ਜਦੋਂ ਜ਼ਿਆਦਾ ਸਰਦੀ ਹੁੰਦੀ ਆ। ਸਾਡੇ ਬੱਚੇ ਵੀ ਜਵਾਨ ਵੀ ਇਹਨੂੰ ਸਾਰੇ ਹੀ ਆਪਾਂ ਖਾ ਸਕਦੇ ਅਲਸੀ ਨੂੰ, ਇਸ ਕਰਕੇ ਤਿਆਰ ਕੀਤੀ।